ਇਸ ਵਾਇਲ ਨੂੰ ਲੈ ਕੇ INLD ਦੀ ਅਲਟੀਮੇਟਮ ਵਾਲੀ ਸਿਆਸਤ ਨੂੰ ਲੈ ਕੇ ਪੰਜਾਬ ਵਿੱਚ ਪਲਟਵਾਰ ਸ਼ੁਰੂ ਹੋ ਗਿਆ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਨੂੰ INLD ਦਾ ਸਿਆਸੀ ਡਰਾਮਾ ਕਰਾਰ ਦਿੱਤਾ ਤਾਂ ਹਰਿਆਣਾ ਵਿੱਚ ਵੀ INLD ਦੇ ਇਸ ਅਲਟੀਮੇਟਮ 'ਤੇ ਸਵਾਲ ਉੱਠ ਰਹੇ ਨੇ। SYL ਵਿਵਾਦ ਨੂੰ ਲੈ ਕੇ INLD ਦੀ ਤਾਜ਼ਾ ਚੇਤਾਵਨੀ ਦਾ ਜਵਾਬ ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਿੱਤਾ ਹੈ, ਜਿਸ ਨੂੰ ਮਨਪ੍ਰੀਤ ਬਾਦਲ ਨੇ ਇਸ ਨੂੰ INLD ਦੀ ਤੰਗਦਿਲੀ ਕਰਾਰ ਦਿੱਤਾ ਹੈ। ਉਹਨਾਂ ਨੇ INLD 'ਤੇ ਸਿਆਸਤ ਚਮਕਾਉਣ ਦਾ ਇਲਜ਼ਾਮ ਲਗਾਇਆ। ਉੱਥੇ ਹਰਿਆਣਾ ਦੇ ਨਵੇਂਨਵੇਂ ਲਈ DGP ਬਲਜੀਤ ਸਿੰਘ ਸੰਧੂ ਨੇ ਕਿਹਾ ਕਿ ਸ਼ਾਂਤੀਪੂਰਨ ਢੰਗ ਨਾਲ ਮੁਜ਼ਾਹਰਾ ਬੇਸ਼ੱਕ ਕਰਨ। ਪਿਛਲੇ 70 ਸਾਲ ਤੋਂ ਪੰਜਾਬ ਜਿਹੜਾ ਇਹ ਆਪਣਾ 70% ਪਾਣੀ ਰਾਜਸਥਾਨ ਔਰ ਹਰਿਆਣੇ ਨੂੰ ਦੇ ਰਿਹਾ, ਔਰ ਜੇ ਇਹ ਗੱਲ ਵੀ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਕਿ 70% ਪਾਣੀ ਜਿਹੜਾ ਹੈ ਉਹ ਇਸ ਵਾਰ ਪੰਜਾਬ ਤੋਂ ਬਾਹਰ ਜਾ ਰਿਹਾ, ਤਾਂ ਮੈਂ ਸਮਝਦਾ ਕਿ ਇਹ ਬੜੀ ਤੰਗ ਦਿਲ ਔਰ ਕਮਜ਼ਰਫ ਜਿਹੜੀ ਹੈ ਇਹ ਸੋਚ ਹੈ। ਹਰ ਰਾਜਨੀਤਿਕ ਦਲ ਕੋ ਹਰ ਆਦਮੀ ਕੋ ਡੈਮੋਕ੍ਰੇਸੀ ਮੇਂ ਆਪਣੀ ਬਾਤ ਕਰਨੇ ਕਾ ਪੂਰਾ ਹੱਕ ਹੈ, ਉਸਕੋ ਰਾਈਟ ਹੈ, ਉਹ ਕੁਛ ਵੀ ਕਰ ਸਕਤਾ ਹੈ, ਲੇਕਿਨ ਉਹ ਸ਼ਾਂਤੀਪੂਰਨ ਤਰੀਕੇ ਸੇ। ਅਗਰ ਕੋਈ ਆਦਮੀ ਆਪਣੇ ਹੱਥ ਮੇਂ ਕਾਨੂੰਨ ਲੇਗਾ ਜਾਂ ਡਿਸਟਰਪਟ ਕਰੇਗਾ, ਵਹੀਕਲਰ ਟ੍ਰੈਫਿਕ ਡਿਸਟਰਪਟ ਕਰੇਗਾ, ਤਾਂ ਉਸਕੇ ਖਿਲਾਫ਼ ਸਖ਼ਤੀ ਸੇ ਨਿਪਟਾ ਜਾਏਗਾ। ਹਮ ਯਹੀ ਕਹਿੰਦੇ। ਹਰਿਆਣਾ ਦੇ CM ਮਨੋਹਰ ਲਾਲ ਇਸ ਮਸਲੇ ਨੂੰ ਲੈ ਕੇ ਆਸ਼ਵਸਤ ਨਜ਼ਰ ਆਏ। ਉਹਨਾਂ ਨੇ ਕਿਹਾ ਕਿ SYL ਦਾ ਪਾਣੀ ਹਰਿਆਣਾ ਨੂੰ ਮਿਲ ਕੇ ਰਹੇਗਾ। ਉੱਧਰ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਕਿ SYL ਵਿਵਾਦ ਨੂੰ ਲੈ ਕੇ ਗੇਂਦ PM ਦੇ ਪਾਲੇ 'ਚ ਹੈ ਅਤੇ ਪ੍ਰਧਾਨ ਮੰਤਰੀ ਇਸ ਮਸਲੇ ਨੂੰ ਲੈ ਕੇ ਬੇਹੱਦ ਸੰਜੀਦਾ ਨੇ। SYL ਦਾ ਨਿਰਣੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਸਕੇ ਉੱਪਰ ਜੋ ਐਗਰੀਮੈਂਟ ਹੁਆ ਥਾ ਹਰਿਆਣਾ ਕਾ ਪਾਣੀ ਕਾ ਅਧਿਕਾਰ ਹੈ ਵੋ ਤੈਅ ਹੋ ਚੁਕਾ ਹੈ। ਅਬ ਕੇਵਲ ਉਸਮੇ ਇਤਨਾ ਹੀ ਸ਼ੇਸ਼ ਬਾਕੀ ਹੈ ਕਿ ਉਸਕੇ ਐਗਜੀਕਿਊਸ਼ਨ ਕਾ ਆਪਣੇ ਜੋ ਆਰਡਰ ਸੁਪਰੀਮ ਕੋਰਟ ਕਾ ਹੈ ਉਸਕੀ ਐਗਜੀਕਿਊਸ਼ਨ ਕਾ ਇੱਕ ਨਯਾ ਆਰਡਰ ਸੁਪਰੀਮ ਕੋਰਟ ਨੇ ਦੇਣਾ ਹੈ ਔਰ ਮੈਂ ਸਮਝਤਾ ਹੂੰ 12 ਜੁਲਾਈ ਇਸਕੋ ਜੋ ਡੇਟ ਲਗੀ ਹੈ ਯਾ ਤੋ 12 ਜੁਲਾਈ ਕੋ ਨਹੀਂ ਤੋ ਇੱਕਾ ਡੇਟ ਮੇਂ ਇਹ ਫੈਸਲਾ ਹੋਗਾ ਔਰ ਨਿਸ਼ਚਿਤ ਰੂਪ ਸੇ SYL ਬਨੇਗੀ। ਜਿਹਦਾ ਕੇਸ ਪ੍ਰਧਾਨ ਮੰਤਰੀ ਦੇ ਕੋਲ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਜੀ ਨੂੰ ਮਿਲ ਕੇ ਵੀ ਆਏ ਆ ਔਰ ਮੈਨੂੰ ਲੱਗਦਾ ਪ੍ਰਧਾਨ ਮੰਤਰੀ ਜੀ ਇਸ ਬਾਰੇ ਗੰਭੀਰਤਾ ਨਾਲ ਲੈ ਰਹੇ ਔਰ ਚਿੰਤਿਤ ਵੀ ਨੇ ਔਰ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਕਿ ਸਾਡੇ ਪੰਜਾਬ ਨਾਲ ਕਿੰਨੀ ਕੁ ਦਿਲਚਸਪੀ ਔਰ ਪੰਜਾਬ ਦੇ ਲੋਕਾਂ 'ਚ ਕਿੰਨਾ ਕੁ ਚਾਹੁੰਦੇ ਕਿ ਪੰਜਾਬ ਉੱਨਤੀ ਔਰ ਤਰੱਕੀ ਕਰੇ। ਤੁਹਾਨੂੰ ਦੱਸ ਦਈਏ ਕਿ INLD ਨੇ 10 ਜੁਲਾਈ ਨੂੰ ਪੰਜਾਬ ਵੱਲੋਂ ਹਰਿਆਣਾ 'ਚ ਐਂਟਰੀ ਕਰਨ ਵਾਲੀਆਂ ਸਰਕਾਰੀ ਬੱਸਾਂ ਨੂੰ ਰੋਕਣ ਦਾ ਅਲਟੀਮੇਟਮ ਦਿੱਤਾ ਹੋਇਆ। CM ਅਤੇ ਮੰਤਰੀ ਨੂੰ ਰੋਕਣ ਦੀ ਚੇਤਾਵਨੀ ਦਿੱਤੀ ਹੋਈ ਹੈ। ਬਠਿੰਡਾ ਤੋਂ ਗੋਬਿੰਦ ਸੈਣੀ, ਕਪੂਰਥਲਾ ਤੋਂ ਸੰਦੀਪ ਬਰਾਏ, ਤੋਂ ਅਮਨਕਪੂਰ ਜ਼ਿਮੀ।